ਜਬਰ ਜਨਾਹ ਤੋਂ ਬਾਅਦ ਮਾਸੂਮ ਬਾਲੜੀ ਦਾ ਕਤਲ ਕਰਨ ਵਾਲਾ ਦੋਸ਼ੀ 10 ਸਾਲ ਬਾਅਦ ਗ੍ਰਿਫਤਾਰ। ਤਕਰੀਬਨ 10 ਸਾਲ ਪਹਿਲਾਂ ਇੱਕ ਮਾਸੂਮ ਬਾਲੜੀ ਨਾਲ ਜਬਰ ਜਨਾਹ ਕਰਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਰੇਲਵੇ ਪੁਲਿਸ ਫਗਵਾੜਾ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ GRP ਦੇ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਸਾਲ 2008 ਵਿੱਚ ਇੱਕ 8 ਸਾਲਾ ਮਾਸੂਮ ਲੜਕੀ ਨਾਲ ਜਬਰ ਜਨਾਹ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਉਪਰੰਤ ਲਾਸ਼ ਸਥਾਨਕ ਰੇਲਵੇ ਸਟੇਸ਼ਨ ਦੇ ਸਲੀਪਰਾਂ ਦੇ ਵਿੱਚ ਸੁੱਟ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ GRP ਵੱਲੋਂ ਇਸ ਘਟਨਾ ਦੇ ਸੰਬੰਧ ਵਿੱਚ ਦੋਸ਼ੀ ਦੀ ਪਹਿਚਾਣ ਸੁਰਿੰਦਰ ਪ੍ਰਸ਼ਾਦ ਪਟੇਲ ਵਾਸੀ ਬਿਹਾਰ ਵਜੋਂ ਹੋਈ ਸੀ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕਿ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਮਾਣਯੋਗ ਸ਼੍ਰੀ ਰੋਹਿਤ ਚੌਧਰੀ, ADGP ਸਾਹਿਬ ਰੇਲਵੇ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ SHO ਸਰਦਾਰ ਬਲਦੇਵ ਸਿੰਘ ਰੰਧਾਵਾ, SHO GRP ਜਲੰਧਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸੰਬੰਧੀ ਕਾਰਵਾਈ ਕਰਦੇ ਹੋਏ ਅਸੀਂ ਕੱਲ੍ਹ ਦੋਸ਼ੀ ਸੁਰਿੰਦਰ ਪ੍ਰਸ਼ਾਦ ਪਟੇਲ, ਸਾਨੂੰ ਵਿਰਜਨ ਪਟੇਲ ਵਾਸੀ ਬੇਤੀਆ ਬਿਹਾਰ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਮਾਣਯੋਗ ਅਦਾਲਤ SGGM ਸਾਹਿਬ ਫਗਵਾੜਾ ਪੇਸ਼ ਕੀਤਾ ਸੀਗਾ। ਪੇਸ਼ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਪਾਸੋਂ ਗ੍ਰਿਫਤਾਰ ਕਰਨ ਦੀ ਆਗਿਆ ਲੈ ਕੇ 1 ਦਿਨ ਦਾ ਪੁਲਿਸ ਰਿਮਾਂਡ ਅਰਜ ਕੀਤਾ ਸੀ। ਹੁਣ ਅਸੀਂ ਦੋਸ਼ੀ ਨੂੰ ਮੁਕਦਮਾ ਜਾਂ ਵਿੱਚ ਗ੍ਰਿਫਤਾਰ ਕਰ ਕੀਤਾ ਆ ਅਤੇ ਅੱਜ ਦੁਬਾਰਾ ਪੇਸ਼ ਅਦਾਲਤ ਕਰ ਰਿਹਾ। ਇਹਦਾ ਮਿਤੀ 16/3/2008 ਨੂੰ ਇਹਨੇ ਰੇਲਵੇ ਸਟੇਸ਼ਨ ਫਗਵਾੜਾ ਦੇ ਨੇੜੇ ਇਹਦੇ ਕੋਈ ਜਾਣਕਾਰ ਪਰਿਵਾਰ ਸੀਗਾ, ਆਸ਼ਾ ਖਤੂਨ ਨਾਂ ਦੀ ਲੇਡੀਜ਼, ਉਹਦੇ ਘਰ ਹੀ ਆਉਂਦਾ ਜਾਂਦਾ ਸੀਗਾ। ਉਹਦੀ ਬੇਟੀ ਨੂੰ ਅਤੇ ਉਹਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ 'ਤੇ ਆਇਆ ਸੀ ਗੱਡੀ ਚਲਾਉਣ ਵਾਸਤੇ। ਆਸ਼ਾ ਖਤੂਨ ਜਿਹੜੀ ਉਹਦੀ ਲੜਕੀ ਦੀ ਮਾਤਾ ਸੀਗੀ, ਉਹ ਟਿਕਟਾਂ ਲੈਣ ਚਲੇ ਗਈ ਅਤੇ ਇਹਨੇ ਮੌਕਾ ਬਣਾ ਕੇ ਬਦਨੀਤੀ ਦੇ ਨਾਲ ਲੜਕੀ ਜਿਹੜੀ ਤਮੰਨਾ ਖਤੂਨ ਨਾਂ ਦੀ ਲੜਕੀ, ਉਮਰ ਕਰੀਬ 7-8 ਸਾਲ ਸੀਗੀ, ਉਹਨੂੰ ਇਹ ਰੇਲਵੇ ਸਟੇਸ਼ਨ ਦੇ ਨਾਲ ਹੀ ਯਾਰਡ ਦੇ ਵਿੱਚ ਲੈ ਗਿਆ, ਜਿੱਥੇ ਇਹਨੇ ਸਲੀਪਰਾਂ ਦੇ ਵਿੱਚ ਖਾਲੀ ਜਗ੍ਹਾ ਦੇਖ ਕੇ ਇਹਦੇ ਨਾਲ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ। ਹਵਸ਼ ਦਾ ਸ਼ਿਕਾਰ ਬਣਾ ਕੇ ਇਹਨੂੰ ਤਾਂ ਗਲਾ ਦੱਬ ਕੇ ਰੁਮਾਲ ਦੇ ਨਾਲ ਘੁੱਟ ਕੇ ਉਹਦੀ ਮੌਤ ਕਰ ਦਿੱਤੀ। ਮੌਕੇ ਤੋਂ ਇਹ ਆ ਕੇ ਉਹਦੀ ਮਾਤਾ ਦੇ ਨਾਲ ਉਹਦੀ ਦੁਆਰਾ ਲੜਕੀ ਦੀ ਭਾਲ ਕਰਾਉਂਦਾ ਰਿਹਾ ਵੀ ਮੇਰੇ ਬਾਰੇ ਪਤਾ ਨਾ ਲੱਗੇ, ਆਪਣੇ ਜੁਰਮ ਨੂੰ ਛੁਪਾਉਣ ਦੀ ਖਾਤਰ। ਅਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਪਤਾ ਲੱਗ ਗਿਆ ਤਾਂ ਫਿਰ ਇਹ ਭੱਜ ਗਿਆ ਇੱਥੇ, ਅਤੇ ਇਹਦੇ ਖਿਲਾਫ 82-83 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ ਅਤੇ PO ਕਰਾ ਦਿੱਤਾ ਗਿਆ ਸੀ। ਮਿਤੀ 5/3/2018 ਨੂੰ ਇਹਨੇ ਗੁਰਾਇਆ ਦੇ ਨੇੜੇ ਪਿੰਡ ਬੜਾ ਪਿੰਡ 'ਤੇ ਇੱਕ ਲੜਕੀ 8-9 ਸਾਲ ਦੀ ਲੜਕੀ ਦੇ ਨਾਲ ਸੇਮ ਵਾਰਦਾਤ ਕੀਤੀ ਜਿਹੜੀ 2008 ਵਾਲੀ ਸੀਗੀ। ਉਹਦੇ ਵਿੱਚ ਵੀ ਇਹਨੇ ਲੜਕੀ ਨੂੰ ਕਮਾਦ ਦੇ ਖੇਤਾਂ ਵਿੱਚ ਖੜ ਕੇ ਅਤੇ ਉਹਦੇ ਨਾਲ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਅਦ ਇਹਨੇ ਉਹਦਾ ਗਲਾ ਦੱਬ ਕੇ ਉਹਦੀ ਡੈਥ ਕਰ ਦਿੱਤੀ। ਉਸ ਪਿੰਡ ਦੇ ਵਿੱਚ CCTV ਲੱਗੇ ਹੋਣ ਕਰਕੇ ਦੂਸਰੇ ਦਿਨ ਹੀ CCTV ਦੀ ਫੋਟੋ 'ਚ ਕਢਾ ਕੇ ਜ਼ਿਲ੍ਹਾ ਪੁਲਿਸ ਗੁਰਾਇਆਂ ਵੱਲੋਂ ਇਹਨੂੰ ਜਿਹੜਾ ਉਹ ਅਰੈਸਟ ਕਰ ਲਿਆ ਗਿਆ ਸੀਗਾ ਅਤੇ ਹੁਣ ਇਹ ਬੰਦ ਜੁਡੀਸ਼ਲ ਜੇਲ੍ਹ ਕਪੂਰਥਲਾ ਸੀਗਾ। ਹੁਣ ਅਸੀਂ ਇਹਨੂੰ ਅਤੇ ਉਹਨੇ ਆਪਣੀ ਗ੍ਰਿਫਤਾਰੀ ਦੌਰਾਨ ਇਹ ਗੱਲ ਮੰਨੀ ਸੀਗੀ ਵੀ ਮੈਂ ਇਸ ਤੋਂ ਪਹਿਲਾਂ 2008 ਵਿੱਚ ਵੀ ਰੇਲਵੇ ਸਟੇਸ਼ਨ 'ਤੇ ਇੱਕ ਤਮੰਨਾ ਖਤੂਨ ਨਾਂ ਦੀ ਲੜਕੀ ਨਾਲ ਬਲਾਤਕਾਰ ਕਰਕੇ ਉਹਦੀ ਗਲਾ ਦੱਬ ਕੇ ਡੈਥ ਕਰ ਦਿੱਤੀ ਸੀਗੀ, ਜਿਸ ਦੇ ਆਧਾਰ 'ਤੇ ਇਹਦੇ ਖਿਲਾਫ ਸਾਡੇ ਕੋਲ ਮੁਕਦਮਾ ਤਾਂ ਪਹਿਲਾਂ ਹੀ RID ਬਾਈ ਨੇਮ ਸੀਗਾ, ਪਰ ਇਹ ਆਪਣੀ ਫਰਾਰ ਗ੍ਰਿਫਤਾਰੀ ਤੋਂ ਡਰਦਾ ਫਰਾਰ ਹੋ ਗਿਆ ਸੀਗਾ। ਹੁਣ ਅਸੀਂ ਇਹਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਮਾਣਯੋਗ ਅਦਾਲਤ ਸ਼੍ਰੀਮਤੀ ਰਾਜਵੰਤ ਕੌਰ SDGM ਸਾਹਿਬ ਫਗਵਾੜਾ ਕੱਲ੍ਹ ਪੇਸ਼ ਕੀਤਾ ਸੀਗਾ। ਮਾਣਯੋਗ ਅਦਾਲਤ ਤੋਂ ਅਸੀਂ ਇਹਨੂੰ ਪੁੱਛਗਿੱਛ ਕਰਨ ਦੀ ਇਜਾਜ਼ਤ ਲੈ ਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀਗਾ ਅਤੇ ਇਹਨੂੰ ਕੱਲ੍ਹ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ।